ਤੇ ਜਦ ਉਹ ਛੁਪਾ ਕੇ ਆਖੀ پیغمبر ਨੇ ਆਪਣੀਆਂ ਬੀਬੀਆਂ ਵਿੱਚੋਂ ਕਿਸੇ ਨੂੰ ਇੱਕ ਗੱਲ ਪਰ ਉਸ ਉਹ ਗੱਲ ਦੱਸ ਦਿੱਤੀ ਉਸੂ ਕਿਸੇ ਹੋਰ ਨੂੰ ਤੇ ਵਾਕਿਫ ਕਰ ਦਿੱਤਾ پیغمبر ਨੂੰ ਅੱਲਾ ਨੇ ਉਹਦੇ ਦੱਸਣੇ ਦਾ ਤਾਂ ਅੱਲਾ ਦੇ ਹਬੀਬ ਨੇ ਕੁਝ ਗੱਲ ਜਿਤਾਈ ਉਸੂ ਉਸ ਬੀਵੀ ਨੂੰ ਤੇ ਕੁਝ ਟਾਲ ਦਿੱਤੀ ਉਸੂ ਫਿਰ ਜਦ ਉਹਨੂੰ ਉਹ ਜਿਤਾ ਦਿੱਤੀ ਉਸੂ ਆਖਣ ਲੱਗੀ ਤੁਹਾਨੂੰ ਇਹ ਕਿੰਦਸੀ ਹੈ ਆਖਿਰ ਜੋ ਮੈਨੂੰ ਦਸੀ ਇਹ ਸਭ ਕੁਝ ਜਾਣਨ ਵਾਲੇ ਖਬਰਦਾਰ ਨੇ ਚੰਗਾ ਹੋਏ ਤੁਹਾਡੇ ਲਈ ਦੋਵੇ ਜਣੀਆਂ ਤੋਬਾ ਕਰੋ ਅੱਲਾ ਅਗੇ ਕਿਉਂ ਜ਼ਰੂਰ ਫਿਰ ਗਏ ਨੇ ਦਿਲ ਤੁਹਾਡੇ ਤੇ ਜੇ ਦੋਵੇ ਏਕਾ ਕਰੋ ਗਿਆ ਉਹਦੇ ਦੁਕਾਨੇ ਉੱਤੇ ਤਾਂ ਜ਼ਰੂਰ ਅੱਲਾ ਬੇਲੀ ਹੋਤਾ ਤੇ ਜਬਰੀਲ ਤੇ ਨੇਕ ਇਮਾਨਦਾਰ ਤੇ ਫਰਿਸ਼ਤੇ ਉਹਦੋਂ ਪਿੱਛੇ ਮਦਦਗਾਰ ਨੇ ਜੇ ਤਲਾਕ ਦੇ ਦੇ ਤੁਹਾਨੂੰ ਨੇੜੇ ਐ ਰੱਬ ਉਹਦਾ ਜੋ ਬਦਲੇ ਵਿੱਚ ਦੇ ਉਹਨੂੰ ਬੀਵੀਆਂ ਚੰਗੀਆਂ ਤੁਸਾਂ ਨਾਲੋਂ ਫਰਮਾ ਬਰਦਾਰਨਾ ਇਮਾਨ ਵਾਲੀਆਂ ਨਿਯੋਗ ਰਹਿਣ ਵਾਲੀਆਂ ਤੋਬਾ ਕਰਨ ਵਾਲੀਆਂ ਬੰਦਗੀ ਕਰਨ ਵਾਲੀਆਂ ਰੋਜ਼ੇਦਾਰਨਾ بیਵਾ ਹੋਣ ਪਾਵੇਂ ਕੁਆਰੀਆਂ ਐ ਇਮਾਨ ਵਾਲਿਓ ਬਚਾਓ ਆਪਣੀਆਂ ਜਾਨਾਂ ਤੇ ਆਪਣੇ ਘਰਦਿਆਂ ਨੂੰ ਅੱਗ ਤੋਂ ਜਿਸ ਦਾ ਬਾਲਣ ਆਦਮੀ ਨੇ ਤੇ ਪੱਥਰ ਉਸ ਉੱਤੇ ਮੁਕਰਰ ਨੇ ਫਰਿਸ਼ਤੇ ਤੁੰਦ ਹੂ ਡਾਡੇ ਜ਼ਬਰਦਸਤ ਹੁਕਮ ਨਹੀਂ ਮੋੜਦੇ ਅੱਲਾ ਦਾ ਜੋ ਫਰਮਾਇਆ ਉਹਨਾਂ ਨੂੰ ਤੇ ਕਰਦੇ ਨੇ ਜੋ ਹੁਕਮ ਹੁੰਦਾ ਨੇ ਉਸ ਵੇਲੇ ਆਖਿਆ ਜਾਏਗਾ ਐ ਭਈ ਮਾਨੋ ਬਹਾਨੇ ਨਾ ਕਰੋ ਅੱਜ ਜੇਰਾ ਉਹ ਬਦਲਾ ਪਾਓਗੇ ਜੋ ਕਰਦੇ ਹੁੰਦੇ ਸਾਬ ਐ ਇਮਾਨ ਵਾਲਿਓ ਤੋਬਾ ਕਰੋ ਅੱਲਾ ਅਗੇ ਸਾਫ ਦਿਲ ਦੀ ਤੋਬਾ ਉਮੀਦ ਹੈ ਜੋ ਰੱਬ ਤੁਹਾਡਾ ਉਤਾਰ ਦੇ ਤੁਹਾਡੇ ਸਿਰੋਂ ਬੁਰਾਈਆਂ ਤੁਹਾਡੀਆਂ ਤੇ ਬਾਹਰੇ ਤੁਹਾਨੂੰ ਬਾਗਾਂ ਵਿੱਚ ਜਿੰਨਾਂ ਦੀ ਏਟ ਪਗਦੀਆਂ ਨੇ ਨਹਿਰਾਂ ਉਹ ਦਿਹਾੜਾ ਜਿਸ ਦਿਨ ਉਹ ਰਸਵਾ ਨਾ ਕਰੇਗਾ ਅੱਲਾ ਪੈਗੰਬਰ ਨੂੰ ਤੇ ਉਹਦੇ ਨਾਲ ਦੇ ਇਮਾਨ ਵਾਲਿਆਂ ਨੂੰ ਚਾਨਣ ਉਹਨਾਂ ਦਾ ਦੌਰ ਦਾ ਅੱਗੇ ਅੱਗੇ ਉਹਨਾਂ ਦੇ ਤੇ ਸੱਜੇ ਉਹਨਾਂ ਦੇ ਆਖਦੇ ਨੇ ਸਾਡੇ ਰੱਬਾ ਪੂਰਾ ਕਰ ਦੇ ਸਾਨੂੰ ਚਾਨਣ ਸਾਡਾ ਤੇ ਬਖਸ਼ ਲੈ ਸਾਨੂੰ ਜ਼ਰੂਰ ਤੇ ਇਹ ਹਰ ਕਾਸੇ ਉੱਤੇ ਵਾਸ ਚੱਲਦਾ ਐ ਹਬੀਬ ਲੜਾਈ ਕਰ ਬਈਮਾਨਾਂ ਨਾਲ ਤੇ ਮੁਨਾਫਕਾਂ ਨਾਲ ਤੇ ਕਰੋੜੇ ਆਈ ਕਰ ਉਹਨਾਂ ਉੱਤੇ ਤੇ ਟਿਕਾਣਾ ਉਹਨਾਂ ਦਾ ਦੋਜ਼ਖੇ ਤੇ ਬੁਰੀ ਜਗ੍ਹਾ ਮੁਰ ਜਾਣੇ ਨੇ ਬਿਆਨ ਕੀਤਾ ਅੱਲਾ ਨੇ ਇਕ ਖਾਨ ਬੇਈਮਾਨਾਂ ਲਈ ਨੂਹ ਦੀ ਔਰਤ ਦਾ ਤੇ ਲੂਤ ਦੀ ਔਰਤ ਦਾ ਦੋਵੇਂ ਸਣ ਨਕਾਬ ਵਿੱਚ ਦੋ ਨੇਕ ਬੰਦਿਆਂ ਦੇ ਸਾਡੇ ਬੰਦਿਆਂ ਵਿੱਚੋਂ ਫਿਰ ਗੁੱਜਾ ਰੱਖਿਓ ਨੇ ਉਹਨਾਂ ਨੂੰ ਫਿਰ ਕੰਮ ਨਾ ਆਏ ਉਹਨਾਂ ਦੇ ਅੱਲਾ ਦੇ ਅਜ਼ਾਬੋਂ ਇੱਕ ਜਰਾ ਤੇ ਹੁਕਮ ਹੋਇਆ ਚਲੀਆਂ ਜਾਓ ਦੋ ਦੁਖ ਵਿੱਚ ਨਾਲ ਦੋ ਦੁਖ ਪਹਿਨ ਵਾਲਿਆਂ ਦੇ ਤੇ ਬਿਆਨ ਕੀਤਾ ਅੱਲਾ ਨੇ ਇਕ ਖਾਨ ਇਮਾਨ ਵਾਲਿਆਂ ਲਈ ਫਰਾਉਨ ਦੀ ਔਰਤ ਦਾ ਜਦ ਆਖਣ ਲਗੀ ਮੇਰੇ ਰੱਬ ਬਣਾ ਦੇ ਮੈਨੂੰ ਆਪਣੇ ਕੋਲ ਹੀ ਕਰਬਇਸਟ ਵਿੱਚ ਤੇ ਬਚਾ ਲੈ ਮੈਨੂੰ ਫਿਰੋਂ ਤੋਂ ਤੇ ਉਹਦੇ ਕਰਤਬ ਤੋਂ ਤੇ ਬਚਾ ਲੈ ਮੈਨੂੰ ਜ਼ਾਲਮ ਲੋਕਾਂ ਤੋਂ ਤੇ ਮਰੀਮ ਇਮਰਾਨ ਦੀ ਧੀ ਦਾ ਜਿੰਨ ਸੰਭਾਲਿਆ ਨਗਿਹਜ਼ ਆਪਣਾ ਫਿਰ ਫੂਕ ਦਿੱਤੀ ਉਸ ਵਿੱਚ ਆਪਣੀ ਤਰਫੋਂ ਰੂਹ ਤੇ ਸੱਚ ਜਾਂਦੇ ਉਸ ਗੱਲਾਂ ਆਪਣੇ ਰੱਬ ਦੀਆਂ ਤੇ ਕਿਤਾਬਾਂ ਉਹਦੀਆਂ ਤੇ ਉਹ ਸੀ ਬੰਦਗੀ ਵਿੱਚ ਲਗੇ ਰਹਿਣ ਵਾਲੀਆਂ ਵਿੱਚ